ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੱਲ ਕਰਾਂਗੇ ਬੱਬੂ ਮਾਨ ਦੀ। ਬੱਬੂ ਮਾਨ ਇੱਕ ਅਜਿਹਾ ਪੰਜਾਬੀ ਗਾਇਕ ਜਿਸ ਦੀ ਗਾਇਕੀ ਨੂੰ ਦਰਸ਼ਕ ਬੇਹੱਦ ਪਸੰਦ ਕਰਦੇ ਨੇ। ਦੱਸਦਾ ਤੁਹਾਨੂੰ ਕਿ ਪੂਰੇ ਪੰਜਾਬ ਦੇ ਵਿੱਚ ਬੱਬੂ ਮਾਨ ਦੇ ਬਹੁਤ ਸਾਰੇ ਕੱਟੜ ਫੈਨ ਵੀ ਨੇ ਅਤੇ ਅਕਸਰ ਉਹਨਾਂ ਦੇ ਫੈਨਸ ਵੇਟ ਕਰਦੇ ਨੇ ਕਿ ਕਦੋਂ ਬੱਬੂ ਮਾਨ ਉਹਨਾਂ ਦੇ ਲਈ ਨਵਾਂ ਗੀਤ ਲੈ ਕੇ ਆਉਣ। ਅਤੇ ਦੱਸਦਾ ਤੁਹਾਨੂੰ ਕਿ ਬੱਬੂ ਮਾਨ ਲੈ ਕੇ ਆ ਰਹੇ ਨੇ ਆਪਣੇ ਫੈਨਸ ਦੇ ਲਈ ਇੱਕ ਹੋਰ ਨਵਾਂ ਗੀਤ ਜਿਸਦਾ ਟਾਈਟਲ ਹੋਏਗਾ ਪਾਗਲ ਸ਼ਾਇਰ। ਇਸ ਦੀ ਇਨਫੋਰਮੇਸ਼ਨ ਬੱਬੂ ਮਾਨ ਨੂੰ ਉਸਤਾਦ ਮੰਨਣ ਵਾਲੇ ਦਰਸ਼ਨ ਲੱਖਾਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਿੱਤੇ ਇਸ ਦੀ ਫਸਟ ਲੁੱਕ ਨੂੰ ਸ਼ੇਅਰ ਕਰਕੇ ਦੇ ਦਿੱਤੀ ਹੈ। ਦਰਸ਼ਨ ਲੱਖਾਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਫਸਟ ਲੁੱਕ ਨੂੰ ਸ਼ੇਅਰ ਕਰਦਿਆਂ ਲਿਖਿਆ ਉਸਤਾਦ ਜੀ। ਦੱਸ ਦਿਓ ਤੁਹਾਨੂੰ ਕਿ ਇਸ ਗਾਣੇ ਦੀ ਰਿਲੀਜ਼ ਡੇਟ ਤੇ ਇਸ ਦੀ ਕੋਈ ਹੋਰ ਇਨਫੋਰਮੇਸ਼ਨ ਤਾਂ ਹਲੇ ਰਿਵੀਲ ਨਹੀਂ ਕੀਤੀ ਗਈ, ਲੇਕਿਨ ਬੱਬੂ ਮਾਨ ਦੇ ਫੈਨਸ ਦੇ ਲਈ ਇਹ ਬਹੁਤ ਹੀ ਗੁੱਡ ਨਿਊਜ਼ ਹੈ ਕਿ ਉਹ ਉਹਨਾਂ ਦੇ ਲਈ ਇੱਕ ਹੋਰ ਨਵਾਂ ਗੀਤ ਜਲਦ ਹੀ ਲੈ ਕੇ ਆ ਰਹੇ ਨੇ। ਅਤੇ ਤੁਸੀਂ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿ ਤੁਹਾਨੂੰ ਉਹਨਾਂ ਦੇ ਨਵੇਂ ਆਉਣ ਵਾਲੇ ਇਸ ਗੀਤ ਦਾ ਕਿੰਨਾ ਕੁ ਇੰਤਜ਼ਾਰ ਹੈ। ਅਤੇ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।